ਇਸ ਦੇਸ਼ ਤੇ ਲੱਖ ਦਾ ਤਾਂ ਪੰਜ ਪੀਰ ਦਾ ਮੇਲਾ ਹੁੰਦਾ ਗਿਆਰਵੀਂ ਵਾਲੀ ਸਰਕਾਰ ਦਾ, ਇੱਥੇ ਹਰ ਕਿਸੇ ਦਾ ਸਤਿਕਾਰ ਹੁੰਦਾ, ਸਾਰੇ ਇਸ ਦਰਬਾਰ ਨੂੰ ਬਹੁਤ ਸਤਿਕਾਰ ਦਿੰਦੇ ਨੇ। ਨਗਰ ਨਿਵਾਸੀ ਸਾਰੇ ਪਿੰਡ ਨਜ਼ਦੀਕੀ, ਜਿੰਨੇ ਮੇਰੇ ਨਜ਼ਦੀਕ ਪਿੰਡ ਹੈ, ਘੁਆਲੀ ਤੱਕ ਅਸੀਂ ਗਜਾ ਕਰਕੇ ਆਉਂਦੇ ਹਾਂ। ਨਗਰ ਨਿਵਾਸੀਆਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ, ਬੱਚੇ ਬੱਚੇ ਨੂੰ ਦਿੱਤਾ, ਬੀਬੀਆਂ ਭੈਣਾਂ ਸਾਰਿਆਂ ਨੂੰ ਦਿੱਤਾ ਹੈ। ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਮੈਂ ਚਾਹੁੰਦਾ ਵਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਜਿਹੜੀ ਹੈ, ਥੋੜ੍ਹੀ ਜਿਹੀ ਕਲਾਕਾਰਾਂ ਵੱਲ ਜ਼ਿਆਦਾ ਧਿਆਨ ਦਿੰਦੇ ਹੋਇਆਂ ਇਹਨਾਂ ਦੀਆਂ ਕੁਝ ਇਹੋ ਜਿਹੀਆਂ ਕਵਾਲੀਆਂ ਜਾਂ ਕਾਫੀਆਂ ਜਾਂ ਗੀਤ ਜਿਹੜੇ ਆ ਨੇ, ਉਹ ਸਾਨੂੰ ਖੁਰਾਕ ਦਿੰਦੇ ਨੇ, ਬੜੀ ਤਗੜੀ ਖੁਰਾਕ ਹੈ। ਜੈਸੇ ਕਲਾਕਾਰ ਕੋਈ ਵੀ ਗੱਲ ਕਰਦੇ ਨੇ, ਉਹਨੂੰ ਆਪਣੇ ਦਿਮਾਗ 'ਚ ਬਿਠਾਓ ਕਿ ਆਪਾਂ ਨੂੰ ਜ਼ਿੰਦਗੀ ਵਿੱਚ ਕਿਹੜੀ ਚੀਜ਼ ਦੀ ਖੁਰਾਕ ਚਾਹੀਦੀ ਹੈ। ਇਸ ਕਰਕੇ ਨੌਜਵਾਨ ਦੇ ਚਰਨਾਂ 'ਚ ਮੇਰੀ ਅਪੀਲ ਹੈ, ਸਮਾਂ ਬਹੁਤ ਥੋੜ੍ਹਾ ਮੇਰੇ ਕੋਲ ਵੀ, ਅਤੇ ਪਤਾ ਨਹੀਂ ਮੈਂ ਵੀ ਕਿੰਨਾ ਚਿਰ ਇੱਥੇ ਹੈਗਾ ਜਾਂ ਨਹੀਂ ਹੈਗਾ। ਆਪਣੀ ਜ਼ਿੰਦਗੀ ਸਵਾਰਨ ਵਾਸਤੇ ਕਿਸੇ ਫੱਕਰ, ਕਿਸੇ ਫਕੀਰ, ਕਿਸੇ ਗੁਰੂ ਪੀਰ ਦੀ ਸ਼ਰਨ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਉਸ ਤੋਂ ਇਲਾਵਾ ਇੱਕ ਹੋਰ ਅਰਜ਼ ਹੈ, ਨਸ਼ੇ ਤੋਂ ਬਚਣ ਵਾਸਤੇ ਮੈਂ ਅਪੀਲ ਬਾਰ ਬਾਰ ਬੱਚਿਆਂ ਨੂੰ ਕਰਦਾ ਵਾਂ ਕਿ ਸਾਡੇ ਦੇਸ਼ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ੋਰ ਹੈ, ਨਸ਼ਿਆਂ ਨੂੰ ਥੋੜ੍ਹਾ ਘਟਾਓ ਅਤੇ ਸੰਤ ਮਤ ਵਿੱਚ ਜਾਓ, ਤਾਂ ਕਿ ਤੁਸੀਂ ਆਪਣਾ ਜੀਵਨ ਸਫਲ ਬਣਾਓ। ਜਕਾਰਾ ਯਾਰੀਆਂ ਵਾਲੇ ਪੀਰ ਦਾ, ਜਕਾਰਾ ਗੁਰੂ ਨਾਨਕ ਪੀਰਾਂ ਦੇ ਪੀਰ ਦਾ। ਮੇਰੇ ਵੀਰ ਜੀ, ਜਰਾ ਗੁਰੂ ਨਾਨਕ ਪੀਰਾਂ ਦੇ ਪੀਰ ਜਿਹਨਾਂ ਲੰਗਰ ਚਲਾਇਆ, ਮਹਾਂਭਾਰਤ ਵਿੱਚ ਵੀ ਲੋਕ ਭੁੱਖੇ ਰਹੇ, 16 ਕਲਾ ਕ੍ਰਿਸ਼ਨ ਮਹਾਰਾਜ ਜੀ ਆਏ, ਸਮਰੱਥ ਗੁਰੂ ਨਾਨਕ ਆਏ, ਅੱਜ ਉਸੇ ਯੁੱਗ ਵਿੱਚ ਆਪਾਂ ਬੈਠੇ ਹਾਂ ਜਿਸ ਯੁੱਗ 'ਚ ਆਪਾਂ ਲੰਗਰ ਚਲਾਉਣ ਰਹੇ ਹਾਂ, ਅਤੇ ਤੁਸੀਂ ਸਾਰੇ ਜਣੇ ਸਟੇਜ 'ਤੇ ਖੜ੍ਹੇ ਹਾਂ। ਮੇਰੇ ਵਰਗੇ ਦਰਵੇਸ਼ ਕੁੱਕਰ, ਇੱਕ ਵਾਰੀ ਬਾਬੇ ਨਾਨਕ ਦੇ ਨਾਂ 'ਤੇ ਜੋਰ ਨਾਲ ਤਾੜੀਆਂ ਮਾਰ ਦਿਓ ਅਤੇ ਬਾਬੇ ਨਾਨਕ ਦਾ ਨਾਂ ਲੈ ਕੇ ਜਾ ਜਕਾਰਾ ਬੋਲੋ। ਜਕਾਰਾ ਪੀਰਾਂ ਦੇ ਪੀਰ, ਗੁਰੂ ਨਾਨਕ ਪੀਰ ਦਾ। ਸਹੀ ਹੈ ਜੀ ਗੱਲ, ਸਾਡਾ ਪੰਜਾਬ ਆ ਨੂੰ ਸੋਨੇ ਦੀ ਚਿੜੀ ਕਹਿੰਦੇ ਹੈ, ਔਰ ਨਸ਼ਿਆਂ ਦੇ ਵਿੱਚ ਅੱਜ ਗਲਤਾਨ ਹੈ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਯਾਰ, ਜੇ ਕੋਈ ਇੱਦਾਂ ਦਾ ਬੰਦਾ ਮਿਲਦਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰੋ। ਬੰਦਾ ਜੇ ਕਿਸੇ ਨੂੰ ਕੁਝ ਸਮਝਾਵਾਂਗੇ ਤਾਂ ਸਮਝ ਜਾਂਦੇ ਆ, ਕਿਉਂਕਿ ਇਹ ਕੋਈ ਕਦੀ ਮਜ਼ਾਕ ਵਾਲੀਆਂ ਗੱਲਾਂ ਨਹੀਂ ਗੀਆਂ, ਇਹ ਵਾਕਿਆ ਸੀਰੀਅਸ ਲੈਣ ਵਾਲੀਆਂ ਗੱਲਾਂ ਵਾ, ਕਿਉਂਕਿ ਨਸ਼ਾ ਬੜੀ ਮਾੜੀ ਚੀਜ਼ ਹੈ। ਕਿਉਂਕਿ ਸਾਡੀ ਇੱਕ ਐਸਾ ਪੰਜਾਬ ਹੀ ਸੂਬਾ ਵਾ ਜਿਹੜਾ ਜਿੱਥੇ ਵੀ ਜਾਂਦਾ, ਉਹ ਕਿਤੇ ਵੀ ਜਾਵੇ ਕੰਟਰੀ 'ਚ, ਪੰਜਾਬ ਹੀ ਖਲੋਤਾ ਹੁੰਦਾ ਹੈ। ਅਤੇ ਤੁਸੀਂ ਪੰਜਾਬੀ ਹੋ, ਜੇ ਕਦੀ ਪੰਜਾਬੀ ਦਾ ਨਾਂ ਤਾਂ ਤਾੜੀ ਮਾਰੋ, ਵੀ ਵਾਕਿਆ ਹੀ ਅਸੀਂ ਪੰਜਾਬ ਦੇ ਰਹਿਣ ਦੇ। ਬਹੁਤ ਹਜ਼ੂਰ ਗੁਰੂ ਬਾਣਾ, ਜਾਤੀ ਤੇਰੀ ਧੀ ਹੋ ਗਈ ਵਟਿਆਰ ਬਾਬਲਾ ਵੇ, ਕਿਉਂ ਸਮਝਦਾ ਸਿਰ ਤੇ ਮੈਨੂੰ ਭਾਰ ਬਾਬਲਾ ਵੇ, ਸੋਚੀ ਡੁੱਬਿਆ ਤੈਨੂੰ ਨਾ ਸਕਦੀ ਵੇਖ ਬਾਬਲਾ ਵੇ, ਕਰੋਨ ਖਾ ਕੇ ਲਿਆਉਂਦੀਆਂ ਧੀਆਂ ਵੇਖ ਬਾਬਲਾ। ਬਾਬਾ ਜੀ ਤੁਸੀਂ ਬੈਠੋ, ਨੌਜਵਾਨ ਸਾਹਿਬ ਇਹ ਤੁਹਾਡੀ ਖੁਰਾਕ ਵਾਲਾ ਬੰਦਾ ਹੋਰ ਆਉਣ ਡਿਆ, ਮੈਂ ਗਾਣੇ ਹੋਰ ਤਰੀਕੇ ਦੇ ਗਾਉਂਦਾ ਥੋੜ੍ਹੇ ਜਿਹੇ, ਕਿਉਂਕਿ ਭਾਜੀ ਆਉਂਦੇ ਉਹ ਤੁਹਾਨੂੰ ਸਾਰੀ ਖੁਰਾਕ ਦੇ ਕੇ ਜਾਣਗੇ, ਕਿਉਂਕਿ ਮੇਰਾ ਥੋੜ੍ਹਾ ਜਿਹਾ ਗਾਉਣ ਦਾ ਲਹਿਜ਼ਾ ਵੱਖਰਾ ਭਾਜੀ, ਕਿਉਂਕਿ ਮੈਂ ਜਿੰਨਾ ਕੁ ਵੀ ਗਾਉਂਦਾ ਵਾ ਉਹ ਸੋਭਰ ਜਿਹਾ ਗਾਉਂਦਾ ਵਾ, ਮੇਰਾ ਜਿੰਨਾ ਕੁ ਭਾਜੀ ਆਉਂਦੇ ਆ ਉਹਨਾਂ ਸਾਰਾ ਕੁਛ ਦੇ ਜਾਣਾ, ਕਿਉਂਕਿ ਜਿਹੜੀ ਕਿ ਮੇਰੀ ਹਾਜ਼ਰੀ ਆ ਕਬੂਲ ਕਰੇ। ਹਾਂਜੀ ਆਓ ਜੀ, ਧੀਆ ਤਨ ਬਗਾਲੇ ਨਾ ਲੋ
ਸੋਚ ਨਾ ਹੋਵੇ ਜੇ ਸੋਚੇ ਲੱਖ ਵਾਰ ਬੰਦਾ ਬੜਾ ਕੁਝ ਸੋਚਦਾ ਜੇ ਆ ਵੀ ਕਰ ਲੈਣਾ ਉਹ ਵੀ ਕਰ ਲੈਣਾ ਇਹੋ ਜਿਹਾ ਹੋਈ ਆ ਜਿਹਨੂੰ ਮਨਜ਼ੂਰ ਹੈ ਸੋਚਿਆ ਸੋਚ ਨਾ ਹੋਵੇ ਕਿਉਂਕਿ ਗਾਣੇ ਚੱਲਦੇ ਰਹਿਣੇ ਆ ਲਓ ਜੀ ਇੱਕ ਨਵਾਂ ਗਾਣਾ ਬਿਲਕੁਲ ਥੋੜ੍ਹਾ ਨਾ ਤੱਕ ਰਿਲੀਜ਼ ਹੋਣ ਵਾਲਾ ਹੈ ਕਿਉਂਕਿ ਜਿੰਨਾ ਕੁ ਟਾਈਮ ਹੈ ਕਵਰ ਕਰ ਲਈਏ ਕਿਉਂਕਿ ਮੇਰੇ ਤੋਂ ਬਾਅਦ ਸਤਨਾਮ ਸਾਗਰ ਸਾਹਿਬ ਔਰ ਸ਼ਰਨਜੀਤ ਸ਼ੰਮੀ ਜੀ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਨੇ ਹਾਲ ਦੀ ਦੇਣੀ ਹੈ ਕਿਉਂਕਿ
जे प्रोग्राम वाकई वधिया लगन दिया ते करी ताड़ी मार के दसो क्योंकि मैनू भी पता लग जाए भी मैं कुछ कर रहा। हाँ जी बाबा जी साढ़े हुशियारपुर तो अमरजीत इंस्पैक्टर साहब उन्होंने नाल साथी आए हुए हुशियारपुर तो डॉक्टर साहब इन्हों भी आपने नगर वालों अपने पीर लखदाता पंज पीर ग्यारहवीं वाली सरकार वालों सम्मानित कर लगे हैं स्टेज पर जरा ताड़िया मार दो बड़े जोर न ताकि खुशियां मिल जाए पीर दी। लो जी इंस्पैक्टर साहब साढ़े सरदारे बहादुर सरदार अमरजीत सिंह इंस्पैक्टर साहब लंगर की सेवा करते हैं बाबा होर भी ज़्यादा दुगनी इन्हों सेवा बख्शे और चढ़ती कला के रहन हमेशा ही सरकार बाबा जी हुई आओ जी आज किसी भी बाबा जी आ जाओ और उन्होंने नाल मेहमान आए हुए हैं। लो जी फिर यह काम शुरू करिए जल्दी थोड़ा आ जाओ मेहमाना की बहुत ज़्यादा ख्याल करना अपन जरूरी है सेवा देंगे ने साडे नगर नू साडे स्टेज नू लंगर नू बाबा जी इन्हों बहुत बहुत तरक्की करा दें इंस्पैक्टर साहब नू कोई होर तरक्की करा दें ताकि कि ना चढ़ती कला जाए साडे सुखी साहब सौता साहब जी सानू बहुत ज़्यादा प्यार देंगे ने साढ़े सुखी साहब सौता साहब के इन्हों के चलद ये स्टेज जी है चल रही है इन्हों का बहुत धन्यवाद है कि अपनी स्टेज के कभी 25,000 कभी 30,000 कभी 15,000 पाते हैं इस बार इन्होंने 40,000 रुपये की सेवा की है ताड़ी मार दो इन्हों का मैं बहुत शुक्रगुजार हाँ कि लखदाता पंज पीर इन्हों होर तरक्की करा लो चढ़ती कलाकार ते मेरी वालों थोड़ी इन्हों के उत्ते ध्यान करके दुआ कर दौ मालिक दे गाड़ी भी होर तरक्की हो जाए चढ़ती कला हो जाए। लो जी बहुत सारा वधिया गल है यार तुहाडे इलाके दा बंदा है नहीं रहिंदा जी गाड़ के हाँ नेत्री जी तेरी जोड़ा गाड़ा सी नेत्री जी तेरी उडीका कर दी छेती मुड़े पुलिस गया ठीक है जी पुलिस गया यार ये नवा गाना पिछे रिलीज होया सीगा आ जाओ बाबा जी आ जाओ सरपंच साहब ਨਿੱਜੇ ਮੀਡੀਆ ਵਾਲੇ ਦਾ ਉਹਨਾਂ ਦਾ ਨਵਾਂ ਇੱਕ ਗਾਣਾ ਰਿਕਾਰਡ ਕਰਨਾ ਵਾ ਮੇਰਾ ਵੀਰ ਹੈ ਬੜਾ ਵਧੀਆ ਸੱਜਣ ਹੈ ਠੀਕ ਹੈ ਹਾਂ ਕਰਨਾ ਉਹਦਾ ਨਾਮ ਜਲਦੀ ਕਰ ਰਿਹਾ ਇੱਕ ਟਰੈਕ ਉਹਨਾਂ ਨੇ ਭੇਜ ਦੇਣਾ ਜਲਦੀ ਅਤੇ ਬਹੁਤ ਵਧੀਆ ਰਾਈਟਰ ਆ ਨਿੰਜਾ ਵੀਡੀਓ ਵਾਲਾ ਉਹਦੇ ਨਾਲ ਤੇ ਕਰੀ ਤਾੜੀ ਮਾਰੋ ਕਿਉਂਕਿ ਮੇਰੀ ਉਹਦੇ ਨਾਲ ਗੱਲ ਹੁੰਦੀ ਰਹਿੰਦੀ ਹੈ ਬਹੁਤ ਵਧੀਆ ਰਾਈਟਰ ਆ ਔਰ ਸੋਤਾ ਸਾਹਿਬ ਇਹ ਵੀ ਯਾਰ ਵਧੀਆ ਗੱਲ ਹੁੰਦੀ ਹੈ ਨਾ ਜਦੋਂ ਮੁੰਡੇ ਪਿੰਡ ਦੇ ਤਰੱਕੀ ਕਰਦੇ ਆ ਫਿਰ ਪਤਾ ਲੱਗਦਾ ਵੀ ਵਾਕਿਆ ਯਾਰ ਅੱਜ ਸਾਡੇ ਪਿੰਡ ਵੀ ਅੱਜ ਵੀ ਕੋਰਟਾਂ ਦਾ ਇਹ ਨਿੰਜਾ ਦਾ ਵੀਡੀਓ ਵਾਲਾ ਵਾ ਉਹਦਾ ਨਾਂ ਕਾਫੀ ਆ ਮੈਨੂੰ ਗਾਣੇ ਉਹਨਾਂ ਨੇ ਭੇਜੇ ਆ ਮੈਂ ਪਰ ਥੋੜ੍ਹੀ ਨਾ ਉਹਨਾਂ ਦੀ ਰਿਵੀਜ਼ਨ ਕਰ ਰਹੇ ਹਾਂ ਜਲਦੀ ਤੁਹਾਨੂੰ ਰੂਬਰੂ ਕਰਨੇ ਹੈਗੇ ਇੱਕ ਦੋ ਗਾਣੇ ਲਓ ਤੁਹਾਡੇ ਰੂਬਰੂ ਅੱਜ ਕਹਿ ਕੇ ਦੇਵੇ ਮਹੀਨਾ ਟੁੱਟ ਪਾਵੇ ਸੱਜਰੀ ਵਿਆਹੀ ਦਾ ਲਵੇ ਨਾਲ ਪਤਾ ਮੈਨੂੰ ਤਾਂ ਮੈਂ ਸੋਹਣਿਆ ਹਾਂ ਇੰਜ ਲੱਗਦਾ ਮੈਨੂੰ ਤੇਰੇ ਨਾਲ ਮਹਿਕਮਾ ਪਿਆਰਾ ਇਤਨੀ ਜੀ ਤੇਰੀਆਂ ਉਡੀਕਾਂ ਕਰਦੀ ਛੇਤੀ ਮੁੜੇ ਨਾ ਪੁਲਸੀ ਆ ਕਹਿੰਦਾ ਨੌਕਰੀ ਦੇ ਵਿੱਚ ਹੁੰਦਾ ਨਖਰਾ ਹੈ ਕਿ ਔਖੀ ਸੌਖੀ ਲਾਉਣਾ ਪੈਂਦਾ ਸਾਰਿਆਂ ਨੂੰ ਜੀ ਮੈਂ ਨਹੀਂ ਉਹ ਇਕੱਲਾ ਇੱਥੇ ਹੋਰ ਵੀ ਬੜੇ ਨੇ ਰਾਤਾਂ ਕਿਹੜੇ ਕਿਹੜੇ ਕੱਟਦੇ ਨੇ ਤਾਰੇ ਔਖੀ ਹੋ ਗਈ ਨੌਕਰੀ ਪੁਲਿਸ ਦੀ ਬੜੀ ਗੱਲ ਸੁਣ ਸੁਣਦਾਰ ਦੀਏ ਤਾਰੇ ਅੱਜ